सन्मानयोग गुरु गुरु खालसा साहिब सतगुरु जी वाहेगुरु जी का खालसा वाहेगुरु सतगुरु जी अज जो संत ज्ञानी जरनैल सिंह जी खालसा पिंडरां वाले मरदे मजाह दमदमे टकसाल के 14वें मुखी उन्हां दे जन्म अस्थान विखे गुरुद्वारा संत खालसा तो अज सिंह साहिब अति सत्कार जो गुरमुख प्यारे भाई साहब भाई जसवीर सिंह जी खालसा सबका जथेदार श्री अकाल तख्त साहब जो सरप्रस इंटरनेशनल पंथक दल दे ने उन्हां दे दिशा निर्देशों अनुसार जो अज किसानां दा मोर्चा लग्या होया है दिल्ली दे विच जिथे इंटरनेशनल पंथक दल वालों सिंह साहब जी की अगवाई दे विच बहुत दिनों तो भाई कृपा सिंह जी नथूवाला जो पंजाब प्रधान किसान बचाओ मोर्चा ਅਤੇ ਪੰਜਾਬ ਪ੍ਰਧਾਨ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਬਹੁਤ ਦਿਨਾਂ ਤੋਂ ਸਿੰਘ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਭ ਤੋਂ ਮੂਹਰੇ ਹੋ ਕੇ ਉਹ ਉੱਥੇ ਡਟੇ ਹੋਏ ਨੇ ਉਸੇ ਸਿੰਘ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਗੁਰਦੁਆਰਾ ਸੰਤ ਖਾਲਸਾ ਤੋਂ ਭਾਈ ਜਗਸੀਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੋਗਾ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਰਦਾਸ ਬੇਨਤੀ ਕਰਕੇ ਇੱਥੋਂ ਦੇ ਹੈੱਡ ਗ੍ਰੰਥੀ ਸਿੰਘ ਸਹਿਬਾਨ ਭਾਈ ਬਲਵਿੰਦਰ ਸਿੰਘ ਜੀ ਅਤੇ ਭਾਈ ਜਗਤਾਰ ਸਿੰਘ ਜੀ ਰੋਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਉਹਨਾਂ ਸਾਰੀ ਅਗਵਾਈ ਇੱਥੋਂ ਦੀ ਸਾਨੂੰ ਧੱਕਾ ਲਾ ਰਹੇ ਨੇ ਜੋ ਉਹਨਾਂ ਦੇ ਹੁਕਮਾਂ ਅਨੁਸਾਰ ਅੱਜ ਉਹ ਹਾਜ਼ਰ ਨੇ ਜੋ ਤਰਨ ਤਾਰਨ ਜ਼ਿਲ੍ਹੇ ਤੋਂ ਵੀ ਬੇਅੰਤ ਗੁਰਮੁਖ ਪਿਆਰੇ ਪਹੁੰਚੇ ਨੇ ਸਰਦਾਰ ਚਾਨਣ ਸਿੰਘ ਜੀ ਮੌਜੂਦਾ ਸਰਪੰਚ ਸਾਹਿਬਾਨ ਵਾਰਾ ਸ਼ੇਰ ਸਿੰਘ ਤੋਂ ਉਹਨਾਂ ਦੀ ਅਗਵਾਈ ਵਿੱਚ ਜੋ ਦਾਸ ਜ਼ਿਲ੍ਹਾ ਪ੍ਰਧਾਨ ਤੋਂ ਬਿਲੋਂਗ ਕਰਦਾ ਹੈ ਅਤੇ ਪੰਜਾਬ ਦੇ ਸਲਾਹਕਾਰ ਵੱਲੋਂ ਉਹ ਵੀ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਇੱਥੇ ਪਹੁੰਚੇ ਨੇ ਅੱਜ ਇਹ ਬਹੁਤ ਵੱਡਾ ਕਾਫਲਾ ਜਿਹੜਾ ਹੈ ਉੱਥੇ ਮੈਡੀਕਲ ਕੈਂਪ ਵਾਸਤੇ ਦਿੱਲੀ ਨੂੰ ਜਾ ਰਿਹਾ ਹੈ ਅਤੇ ਗੁਰੂ ਸਾਹਿਬਾਂ ਅੱਗੇ ਅਰਦਾਸ ਕਰਦੇ ਹਾਂ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਨੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਮੋਰਚਾ ਫਤਿਹ ਕਰਨ ਅਤੇ ਸਾਰੇ ਜਿੱਥੇ ਪੰਜਾਬ ਹੀ ਨੌਜਵਾਨ ਸਿੰਘ ਉੱਥੇ ਮੋਰਚੇ ਇਹ ਲੜ ਰਹੇ ਨੇ ਸੈਂਟਰ ਗੌਰਮੈਂਟ ਨੂੰ ਪਤਾ ਲੱਗੇ ਕਿ ਜਿੱਥੇ ਜਿਵੇਂ ਸੰਤਾਂ ਨੇ ਉੱਥੇ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲਾਇਆ ਸੀ ਇਹ ਵੀ ਗੁਰਦੁਆਰਾ ਸੰਤ ਖਾਲਸਾ ਤੋਂ ਅੱਜ ਫਿਰ ਦੁਬਾਰਾ ਇਹ ਗੁਰੂ ਕੇ ਸਿੰਘ ਚੱਲੇ ਨੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।